ਚਾਂ ਜਰਦੇਸ ਪੰਜਾਬੀ ਨਿਊਜ਼ ਬਿਲਡਰ ਰਿਸ਼ਟਰ ਦਾ ਸਵਾਗਤ ਹੈ ਜਿਸ ਵਿੱਚ ਅਸੀਂ ਲੈ ਕੇ ਹਾਜ਼ਰ ਹੋਣੇ ਨਵੇਂ ਤਾਜ਼ਾ ਖਬਰਾਂ ਬੁਲੇਟਿਨ ਦਾ ਆਗਾਜ਼ ਕਰਾਂਗੇ ਅੱਜ ਦੀਆਂ ਮੁੱਖ ਖਬਰਾਂ ਨਾਲ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਕਰਿਆਨੇ ਦੀ ਦੁਕਾਨ ਸੜ ਕੇ ਹੋਈ ਸਵਾ ਲੱਖਾਂ ਦਾ ਨੁਕਸਾਨ ਮੇਲਾ ਮਾਕੇ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਸਾਨ ਆਗੂਆਂ ਨੇ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ ਕਿਸਾਨੀ ਅੰਦੋਲਨ ਦੇ ਹੱਕ ਜਿਤਾਉਣ ਵਾਲੇ ਸਿਆਸਤਦਾਨਾਂ ਨੂੰ ਦਿੱਤਾ ਠੋਕਵਾਂ ਜਵਾਬ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਮੋਦੀ ਸਰਕਾਰ ਆੜਤੀਆਂ ਦੇ ਘਰਾਂ ਵਿੱਚ ਕੀਤੀ ਜਾ ਰਹੀ ਹੈ ਇਨਕਮ ਟੈਕਸ ਰੇਡ ਮੁਕਤਸਰ ਸਾਹਿਬ ਹੀ ਨਹੀਂ ਆਸ ਪਾਸ ਦੇ ਇਲਾਕਿਆਂ ਦਾ ਸਭ ਤੋਂ ਵੱਡੇ ਪਿੰਡ ਕੋਟਭਾਈ ਬਾਰੇ ਲਿਖੀ ਕਿਤਾਬ ਮੇਰੇ ਪਿੰਡ ਦੀ ਘੁੰਡ ਚੁਕਾਈ ਦੀ ਰਸਮ ਗਿੱਦੜਵਾਹਾ ਵਿਖੇ ਪਿੰਡ ਵਾਸੀਆਂ ਨੇ ਸੰਘਰਸ਼ ਕਰਕੇ ਕਿਸਾਨਾਂ ਲਈ ਭੇਜੇ 50 ਬਿਸਤਰੇ ਵਿਦੇਸ਼ੋਂ ਆ ਕੇ ਵੀ ਨਹੀਂ ਮੁੱਕੀ ਦੌਲਤ ਦੀ ਲਾਲਸਾ ਮਾਪੇ ਨਾਲ ਮਿਲ ਮਾਰ ਮੁਕਾਈ ਪਤਨੀ ਹੁਣ ਖਬਰਾਂ ਵਿਸਥਾਰ ਦੇ ਨਾਲ ਜ਼ਿਲ੍ਹਾ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਕਰਿਆਨੇ ਦੀ ਦੁਕਾਨ ਸੜ ਕੇ ਹੋਈ ਸਵਾ ਸ਼ਾਰਟ ਸਰਕਟ ਹੋਣ ਨਾਲ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਜਿਸ ਨਾਲ ਰੋਜ਼ੀ ਰੋਟੀ ਕਮਾਉਣ ਵਾਲਾ ਦੁਕਾਨਦਾਰ ਆਪਣੇ ਹੱਥੋਂ ਸਭ ਕੁਝ ਗੁਆ ਬੈਠਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੀ ਪੁਰਾਣੀ ਤਲਵੰਡੀ ਰੋਡ 'ਤੇ ਵੇਖਣ ਨੂੰ ਮਿਲਿਆ ਜਿਸ 'ਤੇ ਪ੍ਰੇਮ ਕੁਮਾਰ ਪੁੱਤਰ ਹਾਕਮ ਚੰਦ ਦਾ ਕੁਮਾਰ ਕਰਿਆਨਾ ਸਟੋਰ ਦੇ ਨਾਮ 'ਤੇ ਦੁਕਾਨ ਹੈ ਜਿਸ ਵਿੱਚ ਸੁਬਾਹ 6:30 ਵਜੇ ਦੇ ਕਰੀਬ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ ਜਿਸ ਵਿੱਚ ਮਾਲਕ ਪ੍ਰੇਮ ਚੰਦ ਦੇ ਦੱਸਣ ਮੁਤਾਬਕ 18 ਤੋਂ 20 ਲੱਖ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ ਕਾਰਨ ਦਾ ਪਤਾ ਲੱਗਾ ਸਵੇਰੇ 5:30 ਪੌਣੇ 6 ਵਜੇ ਸਾਨੂੰ ਫੋਨ ਆਇਆ ਜਿਹੜੇ ਸੈਰ ਸੂ ਕਰਨ ਵਾਲੇ ਲੋਕ ਲੰਘੇ ਟੱਪੇ ਜੋ ਸ਼ਟਰ ਖੋਲ੍ਹੇ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਪਹਿਲਾਂ ਤਾਂ ਆਪ ਬੁਝਾਉਂਦੇ ਵੀ ਉਹਦੇ 100-150 ਬੰਦਾ ਸੀ ਸਾਰਾ ਮੁਹੱਲੇ ਦਾ ਇਕੱਠਾ ਹੋ ਕੇ ਨਹੀਂ ਬੁੱਝੀ ਫਾਇਰ ਬਾਅਦ 'ਚ ਫਾਇਰ ਬ੍ਰਿਗੇਡ ਬੁਲਾਇਆ ਉਹਨਾਂ ਨੇ ਭਜਾਈ ਆ ਨੁਕਸਾਨ ਸਾਰੀ ਦੁਕਾਨ ਤਬਾਹ ਹੋ ਗਈ ਤਕਰੀਬਨ 20 ਲੱਖ ਜਾਂ 18-20 ਲੱਖ ਦੇ ਕਰੀਬ ਨੁਕਸਾਨ ਸਾਰੇ ਖਤਮ ਹੋ ਗਏ